ਇਹ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਤੇ ਗੈਰ ਕਾਨੂੰਨੀ ਵੀ ਹੈ ਜਦ ਕਿ ਬੋਰਡ ਲੱਗਿਆ ਮੈਂ ਪੰਜਾਬ ਬੋਲਦਾ ਤੇ ਪੰਜਾਬ ਅੱਜ ਬੋਲੀ ਜਾਂਦਾ ਹੈ ਤੇ ਉਹ ਕੱਲਾ ਕੁਰਸੀਆਂ ਨੂੰ ਉੱਥੇ ਅੰਦਰ ਸੁਣਾ ਕੇ ਤੇ ਇਹ ਸਿਰਫ ਵੋਟਾਂ ਵਟੋਰਨ ਦਾ ਮਾਰਾ ਸਿਰਫ ਜਿਹੜਾ ਇਹ ਡਰਾਮੇਬਾਜ਼ੀ ਕਰ ਰਿਹਾ ਤੇ ਇਸ ਤੇ ਲਾਮਬੰਦੀ ਹੈ ਜਿਹੜੀ ਉਹ ਲੋਕ ਕਰਨਗੇ ਝਲਕ ਦੇਖ ਰਹੀਏ ਕਿ ਆਪੇ ਹੀ ਉਹਨਾਂ ਦੇ ਸਰਕਾਰੀ ਐਂਕਰ ਖੜੇ ਆ ਤੇ ਬੋਲਣ ਵਾਲੀ ਵੀ ਸਰਕਾਰ ਏ ਤੇ ਸੁਣਨ ਵਾਲੀ ਵੀ ਸਰਕਾਰ ਏ ਭਗਵੰਤ ਮਾਨ ਹੋਰੀ ਅੱਜ ਸਟੇਜ ਦੇ ਉੱਤੇ ਚਾਰ ਪੰਜ ਕੁਰਸੀਆਂ ਦੇ ਵਿੱਚ ਇਕੱਲੇ ਬੈਠ ਕੇ ਹੀ ਆਪਣੀ ਸਾਰੀ ਗੱਲਬਾਤ ਕਹਿ ਗਏ ਤੇ ਲੋਕਾਂ ਤੱਕ ਗੱਲਬਾਤ ਪਹੁੰਚਾਈ ਹੈ ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਬਾਹਰ ਅਸੀਂ ਖੜੇ ਹਾਂ ਸਵੇਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਈਆਂ ਕਿਸ ਤਰ੍ਹਾਂ ਲੋਕ ਜਿਵੇਂ ਉਹਨਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀਗਾ ਉਸ ਡਿਬੇਟ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਪਰ ਉਹਨਾਂ ਨੂੰ ਕੋਈ ਵੀ ਐਂਟਰੀ ਨਹੀਂ ਮਿਲੀ ਕਈ ਅਲੱਗ ਅਲੱਗ ਗੇਟਾਂ ਤੇ ਘੁੰਮ ਕੇ ਵੀ ਆ ਗਏ ਪਰ ਉਹਨਾਂ ਨੂੰ ਐਂਟਰੀ ਨਾ ਐਂਟਰੀ ਨਹੀਂ ਮਿਲ ਪਾਈ ਪਰ ਹੁਣ ਇੱਥੇ ਦਾ ਤੁਹਾਨੂੰ ਮਾਹੌਲ ਦਿਖਾਉਂਦੇ ਆ ਕਿ ਲੋਕ ਇੱਥੇ ਖੜੇ ਹੋਏ ਨੇ ਹਾਲੇ ਵੀ ਇਸੇ ਇੰਤਜ਼ਾਰ ਦੇ ਵਿੱਚ ਕਿ ਕੋਈ ਆਗੂ ਜਾਂ ਫਿਰ ਕੋਈ MLA ਉਹਨਾਂ ਦੀ ਗੱਲਬਾਤ ਸੁਣਨ ਲਈ ਆਵੇਗਾ ਸਾਡੇ ਨਾਲ ਇੱਥੇ ਸਿੰਘ ਸਾਹਿਬ ਮੌਜੂਦ ਨੇ ਜੋ SYL ਦੇ ਮੁੱਦੇ ਨੂੰ ਲੈ ਕੇ ਸਵੇਰ ਤੋਂ ਹੀ ਬੜੀ ਦੂਰੋਂ ਇੱਥੇ ਆਏ ਸੀਗੇ ਗੱਲਬਾਤ ਕਰਨ ਦੇ ਲਈ ਡਿਬੇਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰ ਐਂਟਰੀ ਨਹੀਂ ਮਿਲੀ ਇਹ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਤੇ ਗੈਰ ਕਾਨੂੰਨੀ ਵੀ ਹੈ ਜਦ ਕਿ ਬੋਰਡ ਲੱਗਿਆ ਮੈਂ ਪੰਜਾਬ ਬੋਲਦਾ ਤੇ ਪੰਜਾਬ ਅੱਜ ਬੋਲੀ ਜਾਂਦਾ ਹੈ ਤੇ ਉਹ ਕੱਲਾ ਕੁਰਸੀਆਂ ਨੂੰ ਉੱਥੇ ਅੰਦਰ ਸੁਣਾ ਕੇ ਤੇ ਆ ਨਿਕਲ ਚੱਲੇ ਆ ਉਹਨਾਂ ਦੇ ਜਿਹੜੇ ਇੱਥੇ ਲੀਡਰ ਉਹਨਾਂ ਦੇ MLA ਆਏ ਸੀ ਜਾਂ ਤੇ ਕੋਈ ਵੀ ਉੱਥੇ ਪਾਰਟੀ ਜਿਹੜੀ ਧਿਰ ਉਹ ਸ਼ਾਮਲ ਨਹੀਂ ਹੋਈ ਤੇ ਜਿਹੜੀਆਂ ਜਥੇਬੰਦੀਆਂ ਸੀ ਹਮੇਸ਼ਾ ਹੱਕ ਦੀ ਗੱਲ ਕਰਦੀਆਂ ਤੇ ਅੱਜ ਉਹ ਇੱਥੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਉਡੀਕ ਰਹੀਆਂ ਸੀ ਸਾਨੂੰ ਜ਼ਬਰਦਸਤੀ ਧੱਕੇ ਨਾਲ ਗੇਟ ਦੇ ਉੱਤੇ ਰੋਕਿਆ ਗਿਆ ਤੇ ਇਹ ਪੰਜਾਬ ਦੇ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ ਸਿਆਸੀ ਇਹ ਡਰਾਮਾ ਕੀਤਾ ਜਾ ਰਿਹਾ ਨਹਿਰ ਦੇ ਮੁੱਦੇ ਤੇ ਅਸਲ ਮੁੱਦਿਆਂ ਤੇ ਭਗਵੰਤ ਮਾਨ ਡਿਬੇਟ ਨਹੀਂ ਕਰਦਾ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਅੱਜ ਕਿਉਂ ਨਹੀਂ ਆਈਆਂ ਉਹ ਵੀ ਇੱਥੇ ਦੱਸਣ ਵੀ ਕੀ ਕਾਰਨ ਤੇ ਡਿਬੇਟ ਆ ਜਿਹੜੀ ਉਹ ਸਾਰਥਕ ਹੋਣੀ ਚਾਹੀਦੀ ਸੀ ਸਾਰਿਆਂ ਨੂੰ ਐਂਟਰੀ ਚਾਹੀਦੀ ਸੀ ਜਿਹੜੇ ਨੁਮਾਇੰਦੇ ਸੀ ਤੇ ਫਿਰ ਇਹਦੇ ਵਿੱਚ ਨਿਚੋੜ ਨਿਕਲਦਾ ਫਿਰ ਲੋਕ ਫੈਸਲਾ ਕਰਦੇ ਵੀ ਕਿਹਦਾ ਕਿੰਨਾ ਗਣਾ ਕਿਹਦਾ ਕਿੰਨਾ ਗਣਾ ਕਿ ਅੱਜ ਦੀ ਕੋਈ ਡਿਬੇਟ ਦਾ ਪੰਜਾਬੀਆਂ ਨੂੰ ਕੋਈ ਫਾਇਦਾ ਹੋਇਆ ਹੋਵੇਗਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਇਹ ਮੁੱਦੇ ਜਿਹੜੇ ਹੈ ਸੈਂਟਰ ਨੇ ਹੱਲ ਕਰਨੇ ਆ ਉਹਦੇ ਵਾਸਤੇ ਸੰਘਰਸ਼ ਕਰਨਾ ਪੈਂਦਾ ਹੁੰਦਾ ਹੈ ਜਿਹੜਾ ਨਹਿਰ ਦਾ ਮੁੱਦਾ ਜਿਹੜਾ ਇਹ ਬਹੁਤ ਵੱਡਾ ਮੁੱਦਾ ਹੈ ਇਹਦੇ ਤੇ ਬੜੀਆਂ ਸਹਾਤਾਂ ਹੋਈਆਂ ਸਾਡੀ ਕੌਮ ਦੀਆਂ ਤੇ ਇਹ ਸਿਰਫ ਵੋਟਾਂ ਵਟੋਰਨ ਦਾ ਮਾਰਾ ਸਿਰਫ ਜਿਹੜਾ ਇਹ ਡਰਾਮੇਬਾਜ਼ੀ ਕਰ ਰਿਹਾ ਤੇ ਇਸ ਤੇ ਲਾਮਬੰਦੀ ਹੈ ਜਿਹੜੀ ਉਹ ਲੋਕ ਕਰਨਗੇ ਤੁਸੀਂ ਸੁਣਿਆ ਕਿਵੇਂ ਲੋਕ ਇੱਥੇ ਹਾਲੇ ਵੀ ਬਾਹਰ ਖੜੇ ਹੋਏ ਨੇ ਕਿਸੇ ਨਾ ਕਿਸੇ ਦੀ ਉਡੀਕ ਦੇ ਵਿੱਚ ਕਿ ਕਾਸ਼ ਕੋਈ MLA ਕੋਈ ਮੰਤਰੀ ਕੋਈ ਆ ਕੇ ਇਹਨਾਂ ਦੀ ਗੱਲਬਾਤ ਸੁਣੇਗਾ ਤੁਸੀਂ ਇੱਧਰ ਵੀ ਆ ਤੁਸੀਂ ਦੇਖ ਸਕਦੇ ਹੈਗੇ ਹੋ ਭਾਜੀ ਡਿਬੇਟ ਖਤਮ ਹੋ ਡਿਬੇਟ ਹੁਣ ਖਤਮ ਹੋ ਚੁੱਕੀ ਹੈ ਕਿ ਤੁਹਾਨੂੰ ਉਦੋਂ ਐਂਟਰੀ ਮਿਲੀ ਸੀਗੀ ਤੁਸੀਂ ਦੇਖੋ ਲਗਾਤਾਰ ਅਸੀਂ ਪ੍ਰਸ਼ਾਸਨ ਦੇ ਸੰਪਰਕ ਦੇ ਵਿੱਚ ਸੀਗੇ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਅੱਜ ਦੀ ਜਿਹੜੀ ਡਿਬੇਟ ਰੱਖੀ ਸੀ ਇਹਦੇ ਵਿੱਚ ਪੂਰੇ ਪੰਜਾਬੀਆਂ ਨੂੰ ਜਿਹੜਾ ਸੱਦਾ ਉਹ ਦਿੱਤਾ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ 1200 ਬੰਦੇ ਦੀ ਕੈਪੈਸਿਟੀ ਵਾਲਾ ਮੀਟਿੰਗ ਹਾਲ ਹੋਵੇ ਔਰ ਸਾਡਾ ਜਿਹੜਾ ਮੁੱਦਾ ਇਹ ਮੁੱਦਾ ਪੰਜਾਬ ਦੇ 1,75,000 ਸਰਕਾਰੀ ਮੁਲਾਜ਼ਮਾਂ ਨਾਲ ਸੰਬੰਧਿਤ ਆ ਔਰ ਪੰਜਾਬ ਸਰਕਾਰ ਨੇ ਖੁਦ ਮਾਨ ਸਾਹਿਬ ਨੇ ਆਪਣੀ ਸਰਕਾਰ ਜਿਹੜੀ 1.5 ਸਾਲ ਦਾ ਸਮਾਂ ਹੈ ਇਹਨਾਂ ਦਾ ਉਹਦੇ ਵਿੱਚ 3 ਵਾਰ ਕੈਬਨਿਟ 'ਚ ਪਾਸ ਕੀਤਾ ਪੁਰਾਣੀ ਪੈਨਸ਼ਨ ਬਹਾਲ ਔਰ ਪਿਛਲੇ ਸਾਲ ਤੋਹਫਾ ਦਿੱਤਾ ਸੀ ਔਰ 1,00,00,000 ਰੁਪਏ ਇਸ਼ਤਿਹਾਰ ਦੇ ਉੱਤੇ ਲਗਾਇਆ ਕਿ ਅਸੀਂ ਮੁਲਾਜ਼ਮਾਂ ਨੂੰ ਤੋਹਫਾ ਦਿੰਦੇ ਹਾਂ ਜਿਹ 'ਚ ਪੁਰਾਣੀ ਪੈਨਸ਼ਨ ਬਹਾਲੀ ਦੀ ਗੱਲ ਸੀ ਬਿਲਕੁਲ ਜੀ ਔਰ ਇਸ ਗੱਲ ਕਰਕੇ ਜਿੱਥੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਗੱਲਬਾਤ ਕਰਨ ਦੇ ਲਈ ਕਿ ਜਿੱਥੇ ਤੁਸੀਂ ਵਿਰੋਧੀ ਧਿਰਾਂ ਨੂੰ ਬੁਲਾਇਆ ਤੇ ਅਸੀਂ ਤਾਂ ਸਰਕਾਰੀ ਮੁਲਾਜ਼ਮ ਹੋ ਹਾਂ ਜਿਹੜੇ ਸਰਕਾਰ ਦੀ ਰੀੜ੍ਹ ਦੀ ਹੱਡੀਆਂ ਸਰਕਾਰ ਚਲਾਉਂਦੇ ਹਾਂ ਘੱਟੋ ਘੱਟ ਸਾਡੇ ਨਾਲ ਗੱਲ ਤਾਂ ਕਰ ਲਓ ਪੰਜਾਬ ਨੂੰ ਅਸੀਂ ਤਾਂ ਨਹੀਂ ਲੁੱਟਿਆ ਪੰਜਾਬ ਨੂੰ ਅਸੀਂ ਤਾਂ ਨਹੀਂ ਉਜਾੜਿਆ ਉਜਾੜਿਆ ਹੋਏਗਾ ਰਾਜਨੀਤਿਕ ਪਾਰਟੀਆਂ ਦੀ ਗਲਤ ਪਾਲਿਸੀਜ਼ ਨੇ ਪਰ ਮੁਲਾਜ਼ਮ ਤਾਂ ਹਮੇਸ਼ਾ ਸਰਕਾਰ ਦੇ ਨਾਲ ਰਿਹਾ ਜੋ ਤੁਸੀਂ ਬਣਾਤਾ ਉਹ ਲਾਗੂ ਕਰਤਾ ਸਾਡੇ ਤੋਂ ਮੁੱਖ ਮੰਤਰੀ ਸਾਹਿਬ ਕਿਉਂ ਭੱਜ ਰਹੇ ਨੇ ਅੱਜ ਦੀ ਡਿਬੇਟ ਜਿਹੜੀ ਹੋਈ ਬਹੁਤ ਵੱਡਾ ਇਵੈਂਟ ਕੀਤਾ ਗਿਆ ਬੜੀ ਪੁਲਿਸ ਲੱਗੀ ਲੋਕ ਦੂਰੋਂ ਦੂਰੋਂ ਚੱਲ ਕੇ ਉੱਥੇ ਆਏ ਕੀ ਫਾਇਦਾ ਕੋਈ ਨਜ਼ਰ ਆ ਰਿਹਾ ਨਹੀਂ ਇਹ ਤਾਂ ਪੈਸੇ ਦੀ ਬਰਬਾਦੀ ਕੀਤੀ ਗਈ ਹੈ ਜੇ ਡਿਬੇਟ ਕਰਨੀ ਹੁੰਦੀ ਡਿਬੇਟ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਇੱਕ ਵੱਡਾ ਮੰਚ ਚੁਣਦੇ ਉਸ ਮੰਚ ਦੇ ਵਿੱਚ
कुछ पैरामीटर्स तय किए जाते उहदे विच पंजाब दीआं सारीआं राजनीतिक पार्टियां समाजिक जथेबंदियां मुलाजम जथेबंदियां उन्हां सारिआं नूं इत्थे बुलांदे ते जिन्ने मुद्दे ने पंजाब दे उन्हां सारे मुद्दिआं नूं इत्थे डिस्कस किया जांदा तां जो पंजाब तरक्की दे राह दे विच पैंदा। पर अज दी डिबेट तां बड़ी साफ झलक दिख रही है कि आप ही उन्हां दे सरकारी एंकर खड़े आ ते बोलण वाली भी सरकार है ते सुनण वाली भी सरकार है। सत्ता दे विच आणा सीगा ते मुलाजमां ने मैनूं लगदा बहुत साथ दित्ता आम आदमी पार्टी दा जिहड़े टैंकियां चढ़े धरनिआं च सीगे ते की अज ठग्गिया महसूस कर रहे ने कि नहीं कर रहे। देखो पंजाब दी जेकर असीं गल करीए तां जिहड़ियां चोणां होईआं असीं उदों कैप्टन अमरिंदर सिंह होणा दे खिलाफ चन्नी सरकार दे खिलाफ धरने लांदे सी ते पटियाले दे विच बहुत वड्डा धरना लाया ते उस धरने दे विच हरपाल चीमा जी जिहड़े अज वित्त मंत्री ने इह LOPC पंजाब दे ਇਹ ਸਾਡੇ ਮੰਚ ਦੇ ਉੱਤੇ ਆਉਂਦੇ ਨੇ ਤੇ ਇਹ ਗੱਲ ਕਰਦੇ ਨੇ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਦਾਂਗੇ ਪਹਿਲੀ ਕੈਬਨਿਟ 'ਚ ਕਰ ਦਾਂਗੇ। ਪਰ ਬੜੀ ਹੈਰਾਨੀ ਦੀ ਗੱਲ ਆ ਕਿ ਅੱਜ ਤੱਕ ਉਹ ਵੇਲਾ ਹੀ ਨਹੀਂ ਆ ਰਿਹਾ ਤੇ ਜਦੋਂ ਇਹੀ ਆਮ ਆਦਮੀ ਪਾਰਟੀ ਜਦੋਂ ਹਿਮਾਚਲ ਦੀਆਂ ਚੋਣਾਂ ਜਾਂਦੀ ਗੁਜਰਾਤ ਦੀਆਂ ਚੋਣਾਂ ਜਾਂਦੀ ਕਰਨਾਟਕ ਦੀਆਂ ਚੋਣਾਂ 'ਚ ਜਾਂਦੀ ਏ ਤੇ ਆਮ ਆਦਮੀ ਪਾਰਟੀ ਕਹਿੰਦੀ ਸਾਡੀ ਸਰਕਾਰ ਬਣਾ ਦਿਓ ਇੱਕ ਮਹੀਨੇ 'ਚ ਲਾਗੂ ਕਰ ਦਾਂਗੇ। ਇੱਕ ਗੱਲ ਮੈਂ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣੀ ਚਾਹਾਂਗਾ ਕਿ ਅਸੀਂ 1 ਅਕਤੂਬਰ 2023 ਹਾਲੇ ਪਿਛਲੇ ਮਹੀਨੇ ਅਸੀਂ ਇੱਕ ਰੈਲੀ ਕੀਤੀ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਅੱਜ 1 ਨਵੰਬਰ ਆ 1 ਅਕਤੂਬਰ ਨੂੰ ਉਸ ਰੈਲੀ ਦੇ ਵਿੱਚ ਅਸੀਂ ਇਹ ਕਿਹਾ ਕਿ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਅਤੇ ਕੇਜਰੀਵਾਲ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਕਨਵੀਨਰ ਨੇ ਉਹਨਾਂ ਦੇ ਹਾਲਾਤ ਦੇਖੋ ਕਿ ਉਹ ਸ਼ਾਮ ਨੂੰ 1 ਅਕਤੂਬਰ ਨੂੰ 5 ਵਜੇ ਟਵੀਟ ਕਰਦੇ ਨੇ ਅਤੇ ਟਵੀਟ 'ਚ ਇਹ ਗੱਲ ਕਹਿੰਦੇ ਨੇ ਕਿ ਪੰਜਾਬ 'ਚ ਸਾਡੀ ਸਰਕਾਰ ਆ ਅਸੀਂ ਪੈਨਸ਼ਨ ਲਾਗੂ ਕਰਤੀ ਹੁਣ ਕੇਂਦਰ ਸਰਕਾਰ ਕਰੇ। ਕਿ ਬੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ 'ਚ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਤੇ ਸਰਕਾਰ ਝੂਠ ਮਾਰਨ ਤੋਂ ਵੀ ਨਹੀਂ ਡਰ ਰਹੀ। ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਇੱਥੇ ਪਹੁੰਚੇ ਸੀ, ਤੁਸੀਂ ਸੁਣਿਆ OPS ਨੂੰ ਲੈ ਕੇ, ਓਲਡ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਇੱਥੇ ਲੋਕ ਆਏ, ਪਰ ਕਿਸੇ ਨੇ ਕੋਈ ਇਹਨਾਂ ਨੂੰ ਐਂਟਰੀ ਨਹੀਂ ਮਿਲੀ ਤੇ ਨਾ ਹੀ ਅੰਦਰ ਜਾਣ ਦਿੱਤਾ ਗਿਆ।